ਜਦੋਂ ਮਨੀ ਲਾਂਡਰਿੰਗ ਦੇ ਕੇਸ ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਮਦਨ ਤੋਂ ਵੱਧ ਪੈਸੇ ਜਿਹੜੇ ਸੁਖਪਾਲ ਸਿੰਘ ਖਹਿਰਾ ਦੇ ਜਿਹੜੇ ਅਕਾਊਂਟ ਚ ਪਾਏ ਗਏ ਔਰ ਉਹਨਾਂ ਨੇ ਇੱਕ ਬਹੁਤ ਖਰਚੀਲਾ ਵਿਆਹ ਵੀ ਕੀਤਾ ਜਦੋਂ ਉਸ ਸਮੇਂ ਚ ਪੈਸੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਇਰੈਗੂਲਰਿਟੀਜ਼ ਪਾਈਆਂ ਗਈਆਂ ਔਰ ਜਿਹੜਾ 2015 ਚ FIR ਦਰਜ ਹੁੰਦੀ ਹੈ ਨਸ਼ਾ ਤਸਕਰੀ ਲੈ ਕੇ ਉਹ ਚ ਗੁਰਦੇਵ ਸਿੰਘ ਮਨਜੀਤ ਸਿੰਘ ਉਹਦਾ ਡਰਾਈਵਰ ਗੁਰਦੇਵ ਸਿੰਘ ਇੱਕ ਅਹਿਮ ਕੜੀ ਆ ਜਿਹਦਾ ਸਿੱਧਾ ਸਿੱਧਾ ਲਿੰਕ ਸੁਖਪਾਲ ਸਿੰਘ ਖਹਿਰਾ ਨਾਲ ਹੈ ਔਰ ਸੁਖਪਾਲ ਸਿੰਘ ਖਹਿਰਾ ਦਾ ਰਾਈਟ ਹੈਂਡ ਸੀ ਉਹਦੇ ਬਿਆਨ ਦੇ ਆਧਾਰ ਤੇ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜਾ ਕਾਰਵਾਈ ਸ਼ੁਰੂ ਕਰਦਾ ਹੈ ਜਿਹਦੇ ਚ ਇਹਨਾਂ ਨੂੰ ਅਰੈਸਟ ਵੀ ਕੀਤਾ ਜਾਂਦਾ ਹੈ। 2022 ਚ ਸੁਪਰੀਮ ਕੋਰਟ ਨੇ ਜਦੋਂ ਖਹਿਰਾ ਸਾਹਿਬ ਦੇ ਕੇਸ ਦੀ ਸੁਣਵਾਈ ਕੀਤੀ ਤੇ ਬੇਸ਼ੱਕ ਅੱਜ ਰੌਲਾ ਪਾ ਪਾ ਕੇ ਕਾਂਗਰਸ ਕਹਿ ਰਹੀ ਹੈ ਕਿ ਉਹਨਾਂ ਨੂੰ ਬਰੀ ਕਰਤਾ ਸੀ, ਬਰੀ ਨਹੀਂ ਕੀਤਾ ਸੀ। ਦਸੰਬਰ 2022 ਚ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਸੁਖਪਾਲ ਸਿੰਘ ਖਹਿਰਾ ਜੀ ਦੇ ਤੇ ਨਸ਼ਾ ਤਸਕਰੀ ਦੇ ਐਲੀਗੇਸ਼ਨ ਹੈ, ਦੋਸ਼ ਹੈ, ਉਹਨਾਂ ਤੇ ਕਾਰਵਾਈ ਔਰ ਇਨਵੈਸਟੀਗੇਸ਼ਨ ਕੰਟੀਨਿਊ ਹੋ ਸਕਦੀ ਆ। ਬਾਕੀ ਜਿਹੜੇ ਨਾਲ ਕੋ ਕਿਊ ਸੀਗੇ ਗੁਰਦੇਵ ਸਿੰਘ, ਮਨਜੀਤ ਸਿੰਘ, ਆਦਰਸ਼ 9 ਉਹਨਾਂ ਨੂੰ ਕਨਵਿਕਸ਼ਨ ਹੁੰਦੀ ਹੈ। ਇਹ ਮਤਲਬ ਕਿਤੇ ਨਾ ਕਿਤੇ ਕੰਟਰਾਡਿਕਟ ਕੀਤਾ ਜਾ ਰਿਹਾ ਕਾਂਗਰਸ ਵੱਲੋਂ, ਕਿਉਂਕਿ ਕੇਸ ਵੀ ਸਾਡੇ ਟਾਈਮ ਦਾ ਨਹੀਂ ਆ, ਅਰੈਸਟ ਵੀ ਸੁਖਪਾਲ ਸਿੰਘ ਖਹਿਰਾ ਦੀ ਸਾਡੇ ਟਾਈਮ ਨਹੀਂ ਹੋਈ ਆ, ਦੂਸਰੀ ਵਾਰ ਹੋਈ ਆ, ਪਹਿਲਾਂ ਕਾਂਗਰਸ ਦੇ ਟਾਈਮ ਹੋ ਚੁੱਕੀ ਆ। ਔਰ ਸੁਪਰੀਮ ਕੋਰਟ ਬੜੀ ਸਪਸ਼ਟਤਾ ਨਾਲ ਉਹਨੇ ਕਿਹਾ ਹੈ ਕਿ ਡਰੱਗ ਤਸਕਰੀ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਤੇ ਇਨਵੈਸਟੀਗੇਸ਼ਨ ਫਰਦਰ ਪੰਜਾਬ ਸਰਕਾਰ, ਪੰਜਾਬ ਪੁਲਿਸ ਕਰ ਸਕਦੀ ਹੈ।